ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਹਨ ਹੁਸ਼ਿਆਰਪੁਰ ਦੇ ਜਲੰਧਰ ਬਾਈਪਾਸ ਦੀਆਂ ਜਿੱਥੇ ਕਿ ਸੜਕ ਦੀ ਮਾੜੀ ਹਾਲਤ ਕਾਰਨ ਲੋਕਾਂ ਨੂੰ ਰੋਜ਼ਾਨਾ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਸੜਕ ਦੀ ਅਜਿਹੀ ਹਾਲਤ ਕੋਈ ਨਵੀਂ ਨਹੀਂ ਬਲਕਿ ਪਿਛਲੇ ਕਈ ਸਾਲਾਂ ਤੋਂ ਬਣੀ ਹੋਈ ਹੈ ਪਰੰਤੂ ਕੁੰਭ ਕਰਨੀ ਨਿੰਦ ਸੁੱਤੀ ਸਰਕਾਰ ਜਿਹਾਪਦਾ ਕਿ ਹੁਣ ਕੋਮਾ ਚ ਜਾ ਚੁੱਕੀ ਹੈ ਸੜਕ ਦੀ ਹਾਲਤ ਨੂੰ ਵੇਖਦਿਆਂ ਹੋਇਆਂ ਬੀਤੇ ਕੱਲ ਹੁਸ਼ਿਆਰਪੁਰ ਦੇ ਨਸਤੀਕੀ ਪਿੰਡ ਪਿਪਲਾ ਵਾਲਾ ਦੇ ਕੁਝ ਵਿਅਕਤੀਆਂ ਵੱਲੋਂ ਆਪਣੇ ਪੱਲੇੋਂ ਪੈਸੇ ਖਰਚ ਕਰਕੇ ਡੂੰਘੇ ਖੱਡਿਆਂ 'ਚ ਮਲਬਾ ਭਰਿਆ ਗਿਆ ਹੈ ਜਿਸ ਤਿੱਕੀ ਲੋਕਾਂ ਵੱਲੋਂ ਜਿੱਥੇ ਸ਼ਿਲਾਗਾ ਕੀਤੀ ਜਾ ਰਹੀ ਹੈ ਉੱਥੇ ਹੀ ਸਰਕਾਰਾਂ ਨੂੰ ਰੱਜ-ਰੱਜ ਲਾਹਣਤਾਂ ਵੀ ਪਾਈਆਂ ਜਾ ਰਹੀਆਂ ਨੇ ਸੜਕਾਂ ਦੀ ਗੰਦੀ ਹਾਲਤ ਕਾਰਨ ਜਿੱਥੇ ਵਾਹਨਾਂ ਦਾ ਨੁਕਸਾਨ ਹੁੰਦਾ ਹੈ ਉੱਥੇ ਹੀ ਹਾਦਸੇ ਵੀ ਵਾਪਰਦੇ ਨੇ ਪ੍ਰੰਤੂ ਇੰਜ ਜਾਪਦਾ ਹੈ ਕਿ ਹੁਸ਼ਿਆਰਪੁਰ ਦੇ ਲੀਡਰ ਜੋ ਕਿ ਰੋਜ਼ਾਨਾ ਲਾਈਵ ਹੋ ਹੋ ਕੇ ਵਿਕਾਸਤਾ ਢਿੰਡੋਰਾ ਪਿੱਟਦੇ ਨੇ ਜਾਂ ਤਾਂ ਉਹਨਾਂ ਨੂੰ ਸੜਕ ਦੀ ਅਜੀਹੀ ਹਾਲਤ ਦਿਖਾਈ ਨਹੀਂ ਦਿੰਦੀ ਜਾਂ ਫਿਰ ਲੋਕਾਂ ਦੇ ਟੈਕਸਾਂ ਨਾਲ ਮਿਲੀਆਂ ਮਹਿੰਗੀਆਂ ਲਕਸ਼ਰੀ ਗੱਡੀਆਂ 'ਚ ਉਹਨਾਂ ਨੂੰ ਖੱਡੇ ਮਹਿਸੂਸ ਨਹੀਂ ਹੁੰਦੇ ਫਿਲਹਾਲ ਇਸ ਬਾਰੇ ਤਾਂ ਰਾਜਨੀਤਿਕ ਆਗੂ ਹੀ ਵਲੀਪਾਤ ਦੱਸ ਸਕਦੇ ਨੇ ਹੁਸ਼ਰਪੁਰ ਦੇ ਉਸਤੇ ਨਾਲ ਚੇਤਨ ਕਸ਼ੁਪਤ ਦੀ ਰਿਪੋਰਟ ਵੀ ਆਰ ਅ ਮਲਟੀਕਲਚਰਲ ਨੈਟਵਰਕ ਕਮਿਊਨਿਟੀ ਵੀ ਗਰੂਮ ਕੰਪਟੈਂਟ ਗਲੋਬਲ ਸਿਟੀਜ਼ਨ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ देयर ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਹਨ ਹੁਸ਼ਰਪੁਰ ਦੇ ਜਲੰਧਰ ਬਾਈਪਾਸ ਦੀਆਂ ਜਿੱਥੇ ਕਿ ਸੜਕ ਦੀ ਮਾੜੀ ਹਾਲਤ ਕਾਰਨ ਲੋਕਾਂ ਨੂੰ ਰੋਜ਼ਾਨਾ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਸੜਕ ਦੀ ਅਜਿਹੀ ਹਾਲਤ ਕੋਈ ਨਵੀਂ ਨਹੀਂ ਬਲਕਿ ਪਿਛਲੇ ਕਈ ਸਾਲਾਂ ਤੋਂ ਬਣੀ ਹੋਈ ਹੈ ਪਰੰਤੂ ਕੁੰਭ ਕਰਨੀ ਨਿੰਦ ਸੁੱਤੀ ਸਰਕਾਰ ਜਾਪਦਾ ਹੈ ਕਿ ਹੁਣ ਕੋਮਾ ਚ ਜਾ ਚੁਕੀ ਹੈ ਸੜਕ ਦੀ ਹਾਲਤ ਨੂੰ ਵੇਖਦੇ ਹੋਇਆ ਬੀਤੇ ਕੱਲ ਹੁਸ਼ਿਆਰਪੁਰ ਦੇ ਨਸਤੀਕੀ ਪਿੰਡ ਪਿਪਲਾਵਾਲਾ ਦੇ ਕੁਝ ਵਕਤਿਆਂ ਵੱਲੋਂ ਆਪਣੇ ਬੰਦਿਆਂ ਪੈਸੇ ਖਰਚ ਕਰਕੇ ਡੂੰਘੇ ਖੱਡਿਆਂ ਚ ਮਲਬਾ ਭਰਿਆ ਗਿਆ ਹੈ ਜਿਸ ਤਿੱਕੀ ਲੋਕਾਂ ਵੱਲੋਂ ਜਿੱਥੇ ਸ਼ਿਲਾਗਾ ਕੀਤੀ ਜਾ ਰਹੀ ਹੈ ਉੱਥੇ ਹੀ ਸਰਕਾਰਾਂ ਨੂੰ ਰੱਜ ਰੱਜ ਲਹਣਤਾ ਵੀ ਪਾਈਆਂ ਜਾ ਰਹੀਆਂ ਨੇ ਸੜਕਾਂ ਦੀ ਗੰਦੀ ਹਾਲਤ ਕਾਰਨ ਜਿੱਥੇ ਵਾਹਨਾਂ ਦਾ ਨੁਕਸਾਨ ਹੁੰਦਾ ਉੱਥੇ ਹੀ ਹਾਦਸੇ ਵੀ ਵਾਪਰਦੇ ਨੇ ਪਰੰਤੂ ਇੰਜ ਜਾਪਦਾ ਹੈ ਕਿ ਹੁਸ਼ਿਆਰਪੁਰ ਦੇ ਲੀਡਰ ਇਹ ਜੋ ਕਿ ਰੋਜ਼ਾਨਾ ਲਾਈਵ ਹੋ ਹੋ ਕੇ ਵਿਕਾਸਤਾ ਟਿੰਡੋਰਾ ਪਿੱਟਦੇ ਨੇ ਜਾਂ ਤਾਂ ਉਹਨਾਂ ਨੂੰ ਸੜਕ ਦੀ ਅਜੀਹੀ ਹਾਲਤ ਦਿਖਾਈ ਨਹੀਂ ਦਿੰਦੀ ਜਾਂ ਫਿਰ ਲੋਕਾਂ ਦੇ ਟੈਕਸਾਂ ਨਾਲ ਮਿਲੀਆਂ ਮਹਿੰਗੀਆਂ ਲਗਜ਼ਰੀ ਗੱਡੀਆਂ 'ਚ ਉਹਨਾਂ ਨੂੰ ਖੱਡੇ ਮਹਿਸੂਸ ਨਹੀਂ ਹੁੰਦੇ ਫਿਲਹਾਲ ਇਸ ਬਾਰੇ ਤਾਂ ਰਾਜਨੀਤਿਕ ਆਗੂ ਹੀ ਭਲੀ ਭਾਂਤ ਦੱਸ ਸਕਦੇ ਨੇ ਹੁਸ਼ਰਪਰਲੇ ਉਸਤੇ ਨਾਲ ਚੇਤਨ ਕਸ਼ੁਪਤ ਰਿਪੋਰਟ ਵੀ ਆਰ ਅ ਮਲਟੀ ਕਲਚਰਲ ਨੈਟਵਰਕ ਕਮਿਊਨਿਟੀ ਵੀ ਗਰੂਮ ਕੰਪਟੈਂਟ ਗਲੋਬਲ ਸਿਟੀਜ਼ਨਸ the effect positive change around there ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਹਨ ਹੁਸ਼ਿਆਰਪੁਰ ਦੇ ਜਲੰਧਰ ਬਾਈਪਾਸ ਦੀਆਂ ਜਿੱਥੇ ਕਿ ਸੜਕ ਦੀ ਮਾੜੀ ਹਾਲਤ ਕਾਰਨ ਲੋਕਾਂ ਨੂੰ ਰੋਜ਼ਾਨਾ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਸੜਕ ਦੀ ਅਜਿਹੀ ਹਾਲਤ ਕੋਈ ਨਵੀਂ ਨਹੀਂ ਬਲਕਿ ਪਿਛਲੇ ਕਈ ਸਾਲਾਂ ਤੋਂ ਬਣੀ ਹੋਈ ਹੈ ਪ੍ਰੰਤੂ ਕੁੰਭ ਕਰਨੀ ਨਿੰਦ ਸੁੱਤੀ ਸਰਕਾਰ ਜਿਹਾਪਦਾ ਹੈ ਕਿ ਹੁਣ ਕੋਮਾ ਚ ਜਾ ਚੁੱਕੀ ਹੈ ਸੜਕ ਦੀ ਹਾਲਤ ਨੂੰ ਵੇਖਦਿਆਂ ਹੋਇਆਂ ਬੀਤੇ ਕੱਲ ਹੁਸ਼ਿਆਰਪੁਰ ਦੇ ਨਸਤੀਕੀ ਪਿੰਡ ਪਿਪਲਾ ਵਾਲਾ ਦੇ ਕੁਝ ਵਿਅਕਤੀਆਂ ਵੱਲੋਂ ਆਪਣੇ ਪੰਦੇਓ ਪੈਸੇ ਖਰਚ ਕਰਕੇ ਡੂੰਗੇ ਖੱਡਿਆਂ ਚ ਮਲਬਾ ਭਰਿਆ ਗਿਆ ਏ ਜਿਸ ਤਿੱਕੀ ਲੋਕਾਂ ਵੱਲੋਂ ਜਿੱਥੇ ਸ਼ਿਲਾਗਾ ਕੀਤੀ ਜਾ ਰਹੀ ਹੈ ਉੱਥੇ ਹੀ ਸਰਕਾਰਾਂ ਨੂੰ ਰੱਜ ਰੱਜ ਲਹਣਤਾ ਵੀ ਪਾਈਆਂ ਜਾ ਰਹੀਆਂ ਨੇ ਸੜਕਾਂ ਦੀ ਗੰਦੀ ਹਾਲਤ ਕਾਰਨ ਜਿੱਥੇ ਵਾਹਨਾਂ ਦਾ ਨੁਕਸਾਨ ਹੁੰਦਾ ਉੱਥੇ ਹੀ ਹਾਦਸੇ ਵੀ ਵਾਪਰਦੇ ਨੇ ਪ੍ਰੰਤੂ ਇੰਜ ਜਾਪਦਾ ਹੈ ਕਿ ਹੁਸ਼ਿਆਰਪੁਰ ਦੇ ਲੀਡਰ ਜੋ ਕਿ ਰੋਜ਼ਾਨਾ ਲਾਈਵ ਹੋ ਹੋ ਕੇ ਵਿਕਾਸਤਾ ਟਿੰਡੋਰਾ ਪੇਟਦੇ ਨੇ ਜਾਂ ਤਾਂ ਉਹਨਾਂ ਨੂੰ ਸੜਕ ਦੀ ਅਜੀਹੀ ਹਾਲਤ ਦਿਖਾਈ ਨਹੀਂ ਦਿੰਦੀ ਜਾਂ ਫਿਰ ਲੋਕਾਂ ਦੇ ਟੈਕਸਾਂ ਨਾਲ ਮਿਲੀਆਂ ਮਹਿੰਗੀਆਂ ਲਕਸ਼ਰੀ ਗੱਡੀਆਂ 'ਚ ਉਹਨਾਂ ਨੂੰ ਖੱਡੇ ਮਹਿਸੂਸ ਨਹੀਂ ਹੁੰਦੇ ਫਿਲਹਾਲ ਇਸ ਬਾਰੇ ਤਾਂ ਰਾਜਨੀਤਿਕ ਆਗੂ ਹੀ ਭੜੀਪਾਂਤ ਦੱਸ ਸਕਦੇ ਨੇ ਹੁਸ਼ਰਪਰ ਲਈ ਉਸਦੇ ਨਾਲ ਚੇਤਨ ਕਸ਼ੁਪਤ ਦੀ ਰਿਪੋਰਟ ਵੀ ਆਰ ਅ ਮਲਟੀ ਕਲਚਰਲ ਨੈਟਵਰਕ ਕਮਿਊਨਿਟੀ ਵੀ ਗਰੂਮ ਕੰਪਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ ਥੇਰ